ਜੇ ਤੁਹਾਡਾ ਸਿਰ ਦਰਦ ਜ਼ਿਆਦਾ ਹੋ ਰਿਹਾ, ਦਵਾਈ ਲਿਆ ਕੇ ਦੇ ਦਾ। ਜੇ ਇੱਛਾ ਹੈਗੀ ਹੈ ਦਿਲ ਚ ਤਾਂ ਲਿਆ ਦੇ, ਤਾਂ ਬਾਹਲੀ ਵਧੀਆ ਗੱਲ ਹੋਊਗੀ। ਤੇਰੀ ਸੇਵਾ ਕਰਨ ਲਈ ਨਾ ਟਾਈਮ ਨਹੀਂ ਮੇਰੇ ਕੋਲ। ਉਹ ਤੈਨੂੰ ਦਿਖ ਰਿਹਾ ਨਾ ਗੋਹਾ ਕੋੜਾ ਕਰਨ ਵਾਲਾ ਪਿਆ, ਜਾ ਕੇ ਉਹਨੂੰ ਬਾਹਰ ਸੁੱਟਿਆ। ਦਿਸ ਗਿਆ ਤੈਨੂੰ ਨਾ, ਤੇਰੇ ਹੱਥਾਂ ਤੇ ਮਹਿੰਦੀ ਲੱਗੀ ਹੈ, ਤੂੰ ਸੱਟ ਲਾ। ਮੈਂ ਨਾ ਬਾਹਲੀ ਬਕਵਾਸ ਕਰਨ ਦੀ ਲੋੜ ਨਹੀਂ, ਤੈਨੂੰ ਇਸ ਘਰੇ ਨਾ ਸਿਰਫ ਤਾਂ ਕਰਕੇ ਲਿਆਤਾ ਵੀ ਘਰ ਦਾ ਕੰਮ ਕਾਰ ਕਰੇ, ਇਸ ਕਰਕੇ ਨਹੀਂ ਲਿਆਤਾ ਵੀ ਜ਼ਬਾਨ ਚਲਾਵੇ ਆਪਣੀ। ਕੱਲਾ ਮੈਨੂੰ ਨੀ ਕੰਮ ਕਰਨ ਲਈ ਲਿਆਂਦਾ, ਕੰਮ ਕਰਨ ਲਈ ਤੈਨੂੰ ਵੀ ਲਿਆਂਦਾ, ਠੀਕ ਹੈ ਨਾ। ਮੈਂ ਜਿਹੜੀ ਗੱਲ ਗੱਲ ਤੇ ਕਹਿਣੀ ਆ ਵੀ ਮੇਰੇ ਨਾਲ ਬਕਵਾਸ ਨਾ ਕਰ, ਬਕਵਾਸ ਨਾ ਕਰ, ਇਹ ਤੈਨੂੰ ਬਾਹਲਾ ਸ਼ੌਂਕ ਆ ਮੇਰੇ ਨਾਲ ਬਕਵਾਸ ਕਰਨ ਦਾ, ਤਾਂ ਹੀ ਤੂੰ ਵਾਰੀ ਵਾਰੀ ਮੇਰੇ ਹੰਨੇ ਤੇ ਚੜ ਕੇ ਆ ਜਾਨੀ ਆ। ਅੱਛਾ, ਮੇਰੀ ਤਾਂ ਮੰਮੀ ਨੇ ਡਿਊਟੀ ਲਾਈ ਪਿਆ ਵੀ ਤੇਰੇ ਤੋਂ ਘਰ ਦਾ ਸਾਰਾ ਕੰਮ ਕਰਵਾਵਾਂ। ਆਹੋ, ਤੇਰੇ ਨਾਲ ਬਕਵਾਸ ਮੈਡਮ ਕਰਨ ਦੀ ਲੋੜ ਵੀ ਨਹੀਂ ਮੈਨੂੰ। ਕਰ ਕਿਉਂ ਰਹੀ ਆ? ਕਿਉਂ ਇੰਨੀ ਜ਼ਬਾਨ ਚੱਲਦੀ ਹੈ ਤੇਰੀ? ਕੀ ਹੋਇਆ, ਕਿਉਂ ਬੋਲਦੀ ਆ ਉਹਦੇ ਨਾਲ? ਬਸ ਮੈਂ ਹੀ ਦੱਸਦੀ ਨਹੀਂ ਮੰਮੀ ਤੁਹਾਨੂੰ, ਇਹਨੂੰ ਵੀ ਪੁੱਛ ਲਿਆ ਕਰੋ ਵੀ ਕਿਉਂ ਬੋਲਦੀ ਆ ਇਹ। ਨਾ ਅੱਗੇ ਤਾਂ ਤੁਹਾਡੇ ਪਿਓ ਕੋਲੇ ਜਾ ਕੇ ਕਹਿੰਦੀ ਸੀ ਮੇਰੀ ਕੁੱਟ ਮਾਰ ਕਰਦੇ, ਹੁਣ ਤਾਂ ਤੈਨੂੰ ਅਸੀਂ ਕੁਛ ਇਹ ਵੀ ਨਹੀਂ ਕਹਿੰਦੇ ਹੈਗੇ, ਕੱਲਾ ਘਰ ਦੇ ਕੰਮ ਨੂੰ ਹੀ ਕਹਿਣਾ, ਉਹ ਤਾਂ ਖੁਸ਼ ਹੋ ਕੇ ਕਰ ਲਿਆ ਕਰ। ਮੰਮੀ ਤੁਹਾਨੂੰ ਵੀ ਪਤਾ ਮੈਂ ਜਿੰਨੇ ਵੀ ਕੰਮ ਕਰਦੀ ਆ ਸਾਰੇ ਖੁਸ਼ ਹੋ ਕੇ ਕਰਦੀ ਆ, ਨਾ ਇਹਨੂੰ ਵੀ ਕੰਮ ਕਰਦਾ ਕਹਿ ਦਿਆ ਕਰੋ, ਹੁਣ ਤਾਂ ਮੈਂ ਨਿਬੇੜ ਕੇ ਆਈ ਆ ਸਾਰਾ। ਨਾ ਫਿਰ ਆ ਕੰਜਰ ਕਲੇਸ਼ ਕਾਹਤੋਂ ਪੈਂਦਾ ਜੇ ਖੁਸ਼ ਹੋ ਕੇ ਕਰ ਲਈ। ਮੈਂ ਕਰਦੇ ਸਾਰੇ ਕੰਮ ਕਰਤਾ ਲਵਾਂ, ਇਹਦੇ ਜਵਾਕ ਕੌਣ ਸਾਂਭੂ? ਉਹ ਤਾਂ ਮੈਨੂੰ ਹੀ ਸਾਂਭਣੇ ਪੈਣੇ ਨਾ। ਜਵਾਕਾਂ ਨੂੰ ਤਿਆਰ ਤਾਂ ਮੈਂ ਕਰਕੇ ਭੇਜਿਆ, ਜਿਸ ਵੇਲੇ ਤੂੰ ਮੇਰੇ ਜਵਾਕ ਕੀ ਸਾਂਭਦੇ ਤਾਂ ਤੂੰ ਆਪਦੀ ਜਵਾਕ ਨਹੀਂ ਤਾਂ ਸਾਂਭਦੀ ਨਹੀਂ ਮੈਂ ਤੋਂ। ਹਾਂ ਦੇਖ ਲਓ, ਬਸ ਕਰੋ ਐਵੇਂ ਰੋਜ਼ ਜਲੂਸ ਨਾ ਕੱਢਿਆ ਕਰੋ। ਮੰਮੀ ਜਲੂਸ ਇਹ ਕਢਾਉਂਦੀ ਹੈ, ਇਹਨੂੰ ਚੰਗਾ ਭਲਾ ਪਤਾ ਹੈ ਵੀ ਜਦੋਂ ਘਰ ਦੇ ਕੰਮ ਕਰਨ ਵਾਲੇ ਪਏ ਨੇ ਤਾਂ ਚੁੱਪ ਚਾਪ ਕਰ ਲਿਆ ਕਰੇ। ਚੁੱਪ ਕਰਕੇ ਨਾ ਉਹਦੇ ਕੰਮ ਨਮੇੜ ਲਿਆ ਕਰ, ਬੜਾ ਬੋਲੇ ਚ ਕੋਈ ਫਾਇਦਾ ਨਹੀਂ ਹੈਗਾ, ਆਰਾਮ ਨਾਲ ਇੱਥੇ ਮੰਜੇ ਤੇ ਬੈਠੀ ਹੋਈ ਹੈ। ਮੰਮੀ ਤੁਸੀਂ ਇਹਨੂੰ ਕਿਉਂ ਨਹੀਂ ਕੁਛ ਕਹਿੰਦੇ, ਇਹਨੂੰ ਵੀ ਕੰਮ ਕਰਦਾ ਕਹਿ ਦਿਆ ਕਰੋ ਕਿ ਇਹਨੂੰ ਮੂਰਤ ਬਣਾਉਣੀ ਹੈ, ਸੀਸੇ ਚ ਜੜਾਉਣਾ ਇਹਨੂੰ। ਕੰਮ ਕਰਦੀ ਹੈ ਬੋਲਦੀ, ਦੇਖ ਲੈ ਕਿਵੇਂ ਹੈ। ਨਾ ਮੈਂ ਕੀ ਕੰਮ ਕਰਦੀ ਹੈ, ਮੈਨੂੰ ਵੀ ਗਣਾ ਦੋ ਮਾੜੇ ਜੇ। ਲੈ ਜੇ ਹੁਣ ਤੂੰ ਕੋਈ ਰੋਟੀ ਟੁੱਕ ਕਰ ਲੈਨੇ, ਉਹ ਝਾੜੂ ਪੋਚਾ ਕਰ ਲੈਂਦੀ ਹੈ। ਅੱਜ ਤੱਕ ਮੈਂ ਤੇਰੇ ਹੱਥ 'ਚ ਝਾੜੂ ਕਦੇ ਦੇਖਿਆ ਨਹੀਂ ਮੈਂ। ਤੂੰ ਤਾਂ ਕੋਈ ਨਹੀਂ ਦੇਖਿਆ ਨਾ। ਕੋਈ ਗੱਲ ਨਹੀਂ, ਉਹ ਵੀ ਛੇਤੀ ਟਾਈਮ ਆ ਜਾਊਗਾ, ਜਿੰਨਾ ਚਿਰ ਇਸ ਘਰ 'ਚ ਤੂੰ ਹੈਗੀ ਹੈ ਨਾ, ਘਰ ਦੇ ਕੰਮ ਤੂੰ ਹੀ ਕਰਿਆ ਕਰੇਂਗੀ, ਨੌਕਰਾਂ ਨਹੀਂ ਆਏ ਤੂੰ ਇੱਥੇ ਦੀ, ਠੀਕ ਹੈ। ਮਾਲ ਬਣੀ ਸੰਭਾਲ ਕੇ ਗੱਲ ਕਰ, ਨੌਕਰਾਨੀ ਮੈਂ ਨਹੀਂ, ਨੌਕਰਾਨੀ ਤੂੰ ਐਸ ਕਰਦੀ। ਘਰ ਦੇ ਕੰਮ ਤਾਂ ਤੂੰ ਕਰਦੀ ਆ, ਤਾਂ ਨੌਕਰਾਨੀ ਤਾਂ ਤੂੰ ਹੀ ਹੋਈ। ਘਰ ਦੇ ਕੰਮ ਕਰਨ ਨਾਲ ਕੋਈ ਨੌਕਰਾਨੀ ਨਹੀਂ ਹੋ ਜਾਂਦੀ, ਠੀਕ ਹੈ। ਘਰ ਦੇ ਕੰਮ ਤਾਂ ਸਾਰੀਆਂ ਬੁੜੀਆਂ ਹੀ ਕਰਦੀਆਂ, ਇਹਦੇ ਨਾਲ ਕਿਉਂ ਘਰ ਦੀਆਂ ਨੌਕਰਾਨੀਆਂ ਹੁੰਦੀਆਂ? ਮਹਿਮਾਨ ਤਾਂ ਤੂੰ ਆ ਸਾਡੇ ਘਰ ਦੀ, ਜਿਹੜੇ ਕੋਈ ਕੰਮ ਨਹੀਂ ਕਰਦੀ, ਸਾਰਾ ਦਿਨ ਅੰਦਰ ਬੈਠੀ ਰਹਿਣੀ ਆ, ਇਹ ਮਹਿਮਾਨਾਂ ਦੇ ਕੰਮ ਹੁੰਦੇ ਨੇ। ਬਸ ਕਰਨੀ, ਬਥੇਰੀ ਜ਼ਬਾਨ ਚਲਾ ਲਈ ਤੈਂ, ਜੇ ਤੇਰਾ ਆਰਾਮ ਹੋ ਗਿਆ ਹੋਵੇ ਨਾ ਤਾਂ ਗੋਹਾ ਗੂੜਾ ਕਰ ਲਾ, ਉਹ ਪੈ ਸਿੱਟਣ ਵਾਲਾ ਜਾ ਬਾ ਜਾ। ਮੰਮੀ ਇਹਦੀ ਜ਼ਬਾਨ ਤਾਂ ਨਾ ਬਾਹਲੀ ਚੱਲਣ ਲੱਗ ਗਈ ਪਹਿਲੇ ਨਾਲੋਂ। ਚੱਲ ਕੋਈ ਨੀ, ਜ਼ਬਾਨ ਹੀ ਚਲਾਉਂਦੀ ਹੈ, ਕੰਮ ਤਾਂ ਨੀ ਆਪਾਂ ਕਰਦੀਆਂ ਹੈਗੀਆਂ, ਫਿਰ ਕੰਮ ਤਾਂ ਇਸੇ ਤੋਂ ਕਰਾਵਾਂਗੇ। ਚੱਲ ਲੱਗ ਗਈ ਗੋਹਾ ਕੂੜਾ ਕਰਨ, ਚੱਲ ਆ ਜਾ। ਹਜੇ ਤਾਂ ਸਿਰਫ ਤੇਤੋਂ ਹੀ ਘਰ ਦਾ ਕੰਮ ਕਰਾਉਂਦੀ ਆ, ਗੋਹਾ ਕੂੜਾ ਵੀ ਤੇਤੋਂ ਹੀ ਸਟਵਾਉਂਦੀ ਆ, ਹਜੇ ਤਾਂ ਤੇਰੀ ਕੁੜੀਆਂ ਦਾ ਟਾਈਮ ਵੀ ਆਊਗਾ ਜਦੋਂ ਉਹ ਤੇਰੇ ਨਾਲ ਗੋਹਾ ਕੂੜਾ ਕਰਿਆ ਕਰਨਗੀਆਂ। ਦੇਖੀ ਚੱਲ ਬਣਦਾ ਕੀ ਹੈ। ਹੌਲੀ ਬਾਈ ਹੌਲੀ ਚੀਜ਼ ਪੈਂਦੀ ਆ। ਕੀ ਕਰਨ ਡੈ, ਠੀਕ ਹੋ ਕੇ ਬੈਠਣਾ ਘਰ ਜਾ ਬਾਈ, ਇੱਕ ਮਿੰਟ ਯਾਰ, ਏ ਟੂਟਾ ਬਹੁਤ ਮਾਰ ਰਹੇ ਮਗਰ ਬਾਈ। ਆ ਗਏ ਜੀ ਤੁਸੀਂ, ਕੀ ਹੋ, ਸਤਿ ਸ਼੍ਰੀ ਅਕਾਲ ਬਾਈ। ਆ ਕੀ ਹੋ ਗਿਆ? ਮੈਨੂੰ ਉੱਥੇ ਮਿਲਿਆ, ਗੱਡੀ ਮਾਰ ਗਏ, ਜੇ ਫੇਟ ਮਾਰ ਗਏ। ਕੁਝ ਨਹੀਂ ਹੋਇਆ ਕੋਈ, ਗੱਡੀ ਮਾਰ ਕੌਣ ਜੀ? ਉਹ ਕਿਉਂ ਘਬਰਾਈ ਜਾਨੀ ਆ,
ਹੈ ਕੁਛ ਨਹੀਂ ਹੋਇਆ ਮੜੀ ਜੀ ਸੱਟ ਵੱਜੀ ਆ ਮੜਾ ਜਿਹਾ ਇੱਥੇ ਰੋਡ ਜਿਹਾ ਖੁੱਭ ਗਿਆ ਜੀ ਉਹ ਮੋਟਰ ਸਾਈਕਲ ਮੜੀ ਜੀ ਕਹਿੰਦੇ ਇੰਨੀਆਂ ਸੱਟਾਂ ਵੱਜੀਆਂ ਨੇ ਉਹ ਭੈਣ ਜੀ ਫੇਟ ਮਾਰ ਗਿਆ ਕੋਈ ਇਹਨਾਂ ਚ ਨਸ਼ਾ ਪੀਤਾ ਸੀ ਬਾਹਲਾ ਨਜਾਇਜ਼ ਨਵੀਂ ਉਮਰ ਦੇ ਮੁੰਡੇ ਸੀ ਇਹਦਾ ਨੌਜਵਾਨ ਮੁੰਡਾ ਮਾਰਤਾ ਸੀ ਕਬਾੜੇ ਵਰਗਾ ਮੁੰਡਾ ਹੀ ਸੱਟ ਮਾਰੀ ਤੇ ਆ ਜਾਓ ਅੰਦਰ ਬਹਿੰਦੇ ਆਪਾਂ ਗੱਲ ਕਰਦੇ ਹਾਂ ਉੱਥੇ ਬਹਿ ਕੇ ਪਾਣੀ ਪੂਣੀ ਪਿਆਉਣੇ ਇਹਨੂੰ ਇਹ ਤਾਂ ਤੁਹਾਡੀ ਕਿਸਮਤ ਚੰਗੀ ਸੀ ਮੈਂ ਮੌਕੇ ਤੇ ਪਹੁੰਚ ਗਿਆ ਮੁੰਡਾ ਮਾਰਤਾ ਸੀ ਵੀ ਤੁਹਾਡੀ ਨਿੱਜੀ ਦੁਸ਼ਮਣੀ ਤਾਂ ਨਹੀਂ ਕਿਸੇ ਨਾਲ ਭੈਣ ਜੀ ਨਹੀਂ ਨਹੀਂ ਬਾਈ ਉਹ ਕੀ ਲੰਘ ਜਾ ਮਾਰਨ ਡਿਆ ਹੀ ਲੋਟ ਹੋ ਕੇ ਵਜਾ ਨੌਜਵਾਨ ਮੁੰਡਾ ਕੋਈ ਚੱਕਰ ਨਹੀਂ ਇਹ ਵਗਦੀਆਂ ਰਹਿੰਦੀਆਂ ਵਾਵਾਂ ਮਰਦਾਂ ਦੀ ਵਗਦੀਆਂ ਇਹ ਧਿਆਨ ਨਾਲ ਜੀ ਮੈਡਮ ਪਾਣੀ ਲੈ ਕੇ ਆਉਂਦੀ ਆ ਪਾਣੀ ਲੈ ਕੇ ਦਿਓ ਹਾਂਜੀ ਜੇ ਗੋਲੀ ਵਾਲਾ ਬੱਤਾ ਹੈਗਾ ਉਹ ਲੈ ਲਓ ਤੇ ਆਪ ਵੀ ਬਣ ਜਾਂਦਾ ਕਈ ਵਾਰੀ ਬੰਦੇ ਦੇ 7 ਫੁੱਟ ਵੱਜੀ ਤੋਂ ਬੈਠ ਜਾਓ ਜੀ ਉਹ ਬਸ ਬਸ ਉਹ ਬਾਈ ਲੱਤ ਦੁਖਦੀ ਆ ਕੋਈ ਗੱਲ ਨਹੀਂ ਬੈਠ ਬੈਠ ਜਾਓ ਤੁਸੀਂ ਬੈਠ ਜਾਓ ਬਾਈ ਜੀ ਹੁਣ ਠੀਕ ਹੋ ਤੁਸੀਂ ਹਾਂ ਬਹੁਤ ਵਧੀਆ ਡਾਕਟਰ ਕੋਲ ਆ ਗਿਆ ਜਵਾਬ ਲੱਗ ਰਿਹਾ ਪਾਣੀ ਪਾਣੀ ਦੀ ਤਾਂ ਲੋੜ ਹੀ ਨਹੀਂ ਸੀ ਭੈਣ ਜੀ ਅੰਦਰੀ ਨੂੰ ਪਿਓ ਪਾਣੀ ਦੀ ਬੰਦਾ ਤੁਹਾਡਾ ਤਕੜਾ ਮਨੋ ਜੀ ਦੀ ਐਡੀ ਫੇਟ ਚੱਲ ਗਿਆ ਮਾੜਾ ਬੰਦਾ ਐਡੀ ਫੇਟ ਨਹੀਂ ਚੱਲ ਸਕਦਾ ਬਾਹਲੀ ਤੇਜ਼ ਗੱਡੀ ਸੀ 100 150 ਦੀ ਸਪੀਡ ਤੇ ਅੰਨੇ ਵਾਹ ਤੇ ਲਾਉਂਦੀ ਆ ਤੁਹਾਨੂੰ ਗੱਲ ਸੰਸ ਵੀ ਹੈ ਨਹੀਂ ਕਿਸੇ ਕੋਲੇ ਉਹ ਬਾਈ ਤੇਰਾ ਧੰਨਵਾਦ ਆ ਯਾਰ ਜਿਹੜਾ ਤੂੰ ਮੌਕੇ ਤੇ ਲੈ ਗਿਆ ਚੱਕ ਕੇ ਨਹੀਂ ਤਾਂ ਕੋਈ ਚੱਕਦਾ ਵੀ ਨਹੀਂ ਅਗਲਾ ਕਹਿੰਦਾ ਕੋਈ ਨਸ਼ੇ ਪੱਤੇ ਵਾਲਾ ਹੋਊਗਾ ਚੱਕਦਾ ਚੁੱਕਦਾ ਨਹੀਂ ਅੱਜ ਕੱਲ ਬਹੁਤ ਮਾੜਾ ਟਾਈਮ ਆ ਗਿਆ ਕੱਲ ਚੁੱਕਦਾ ਪਹਿਰਾ ਹੱਥ ਨੂੰ ਹੱਥ ਖਾਊਗਾ ਬਾਬੇ ਨਾਨਕ ਨੇ ਕਿਹਾ ਸੀ ਮਰੂਗਾ ਕਿਹੜਾ ਜਿਹੜਾ ਯਕੀਨ ਕਰੂਗਾ ਉਹ ਮਰੂਗਾ ਅੱਜ ਕੱਲ ਸ਼ੁਕਰੀਆ ਵੀਰੇ ਤੇਰਾ ਜਿਹੜਾ ਮੇਰਾ ਘਰ ਉੱਜੜਨ ਤੋਂ ਬਚਾ ਲਿਆ ਉਹ ਕੋਈ ਨਹੀਂ ਕਿਉਂ ਸੰਸਾ ਕਰਦੀਆਂ ਠੀਕ ਆ ਮੈਂ ਮਾੜੀਆਂ ਮੋਟੀਆਂ ਸੱਟਾਂ ਨਾਲ ਰਸ ਕੀ ਹੁੰਦਾ ਉਹ ਗੱਡੀ ਬੜੀ ਤੇਜ਼ ਸੀ ਗਲਤੀ ਗੁਲਤੀ ਨਾਲ ਵੱਜ ਗਈ ਹੂ ਹੋਰ ਦੱਸ ਉਹਨਾਂ ਦੀ ਕਿਹੜਾ ਮੇਰੇ ਨਾਲ ਕੋਈ ਦੁਸ਼ਮਣੀ ਸੀ ਹੈ ਕੋਈ ਮਾੜੀਆਂ ਮੋਟੀਆਂ ਨਹੀਂ ਸੱਟਾਂ ਉਹ ਹੀ ਕਹੀ ਜਾਂਦੇ ਹੋ ਮੈਨੂੰ ਉਹ ਨਹੀਂ ਐਵੇਂ ਨਾ ਸੰਸਾ ਕਰ ਤੂੰ ਉਹ ਛੱਡੋ ਇਹ ਗੱਲਾਂ ਬਾਈ ਜੀ ਸਾਡਾ ਟਰਾਂਸਪੋਰਟ ਦਾ ਕੰਮ ਹੈ ਸਾਨੂੰ ਤਾਂ ਰੋਜ਼ 2-4 ਮਰੀਜ਼ 2-4 ਰਾਹੀ ਜਾਂਦੇ ਮਿਲ ਜਾਂਦੇ ਆ ਸਾਡਾ ਤਾਂ ਭਲਾ ਕਰਨ ਦਾ ਕੰਮ ਹੈ ਉਹ ਮਾਲਕ ਨੇ ਦਿੱਤਾ ਹੀ ਖਾਣੇ ਆ ਉਹਦੇ ਕਰਕੇ ਸਾਰਾ ਕੁਝ ਚੱਲੀ ਜਾਂਦਾ ਸਾਡਾ ਚਲੋ ਕੋਈ ਨਹੀਂ ਸਾਡੇ ਕਰਕੇ ਭਲਾ ਹੋ ਗਿਆ ਤੁਹਾਡਾ ਤੇਰੇ ਸਿਰ ਦਾ ਸੁਹਾਗ ਬਚ ਗਿਆ ਜਾਨ ਬਚ ਗਈ ਜੀ ਫਿਰ ਕੀ ਹੋ ਗਿਆ ਹੈ ਚਲ ਐਂ ਕਰ ਜਾਨ ਦਿੱਤੀ ਹੈ ਇਹਦਾ ਭਲਾ ਕਰਨ ਨੂੰ ਦਿੱਤੀ ਹੈ ਇੱਕ ਤਾਂ ਸਰਾਣਾ ਲਿਆ ਦੇ ਨਾਲੇ ਬਾਈ ਨੂੰ ਚਾਹ ਪਾਣੀ ਪਿਆ ਦੇ ਕੋਈ ਹੋਰ ਕਰਕੇ ਨਹੀਂ ਨਹੀਂ ਬਾਈ ਹਾਂ ਲਿਆਣੀ ਆ ਬਾਈ ਤੂੰ ਸਹੀ ਸਲਾਮਤ ਪਹੁੰਚ ਗਿਆ ਤੇਰੇ ਘਰ ਵਾਲੀ ਸਹੀ ਸਲਾਮਤ ਆ ਧੰਨਵਾਦ ਤੇਰਾ ਹੈ ਜੀ ਬਾ ਮਹਾਰਾਜ ਮਹਾਰਾਜ ਦੀ ਕਿਰਪਾ ਬਹੁਤ ਵਧੀਆ ਸਾਡੇ ਤੇ ਵੀ ਆ ਸ਼ਸ਼ੀਕਲ ਬਾਈ ਠੀਕ ਜਾਣੇ ਆਈ ਓਏ ਸਰਾਣਾ ਲਿਆ ਦੇ ਮੈਨੂੰ ਉੱਥੋਂ ਇੱਕ ਸਰਾਣਾ ਤਾਂ ਮੈਂ ਲਿਆਦਾ ਨਹੀਂ ਹੈ ਜੀ ਹੋਰ ਹੀ ਫਿਕਰ ਹੋ ਗਈ ਮੈਨੂੰ ਤਾਂ ਆਲੋ ਜੀ ਨਾ ਤੁਹਾਨੂੰ ਪਤਾ ਨਹੀਂ ਲੱਗਿਆ ਫੋਨ ਸੀਗੇ ਉਹ ਯਾਰ ਹੁਣ ਕੌਣ ਦਾ ਮੈਨੂੰ ਕੀ ਪਤਾ ਲੱਗਿਆ ਹੈ ਮੈਂ ਤਾਂ ਆਪਦੀ ਸਾਈਡ ਤੇ ਜਾਈ ਜਾਂਦਾ ਸੀ ਗੱਡੀ ਵਾਲੀ ਤੇਜ਼ ਸੀ ਪਤਾ ਨਹੀਂ ਜਾਣ ਕੇ ਮਾਰੀ ਪਤਾ ਨਹੀਂ ਉਹਨਾਂ ਤੋਂ ਕੰਟਰੋਲ ਹੀ ਨਹੀਂ ਹੋਈ ਜਾਣ ਕੇ ਮਰਵਾਈ ਹੈ ਜੀ ਗੱਡੀ ਇਹ ਵੀ ਆਕਾਸ਼ ਦਾ ਕੰਮ ਹੀ ਆ ਮੰਨੋ ਚਾਹੇ ਨਾ ਮੰਨੋ ਉਹ ਯਾਰ ਹੁਣ ਐ ਆਪਾਂ ਨੂੰ ਕੀ ਪਤਾ ਹੈ ਆਪਾਂ ਕਿਹੜਾ ਤੇ ਦੇਖਿਆ ਵੀ ਵਿੱਚ ਆਕਾਸ਼ ਸੀਗੇ ਕੌਣ ਸੀ ਬਾਕੀ ਉਹ 4-5 ਜਣੇ ਸੀ ਕਾਲਜ ਕੂਲਜ ਵਾਲੇ ਮੁੰਡੇ ਸੀ ਤੈਨੂੰ ਪਤਾ ਅੱਜ ਕੱਲ ਨਾ ਮੰਡੀਰ ਨਸ਼ੇ ਵਾਲੇ ਕਰਦੀ ਆ ਹੈ ਪਤਾ ਲੱਗਦਾ ਨਹੀਂ ਨਸ਼ਾ ਪੱਤਾ ਖਾਦਾ ਹੋ ਉਹਨਾਂ ਦਾ ਤੇ ਗੱਡੀ ਸਮੀ ਨਹੀਂ ਉਹ ਮਾੜੀ ਮੋਟੀ ਵਿੱਚ ਵੱਜ ਗਈ ਤਾਂ ਹੀ ਡਰਦੇ ਭੱਜ ਗਏ ਉਹਨਾਂ ਨੇ ਆਖਿਆ ਵੀ ਸੱਟ ਜ਼ਿਆਦਾ ਨਾ ਵੱਜ ਗਈ ਹੋਵੇ
ਜਾਣ ਕੇ ਭੱਜੇ ਨੇ, ਡਰਦੇ ਕਿਉਂ ਭੱਜੇ ਨੇ? ਮੈਂ ਤਾਂ ਉਦੋਂ ਦੇ ਦਿਲ ਕੰਮੀ ਜਾਂਦਾ ਜਿੱਦਣ ਦੇ ਸੰਮਣ ਭੇਜੇ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕੇਸ ਦਾ ਵਾਪਸ ਲੈ ਲਓ। ਓ ਯਾਰ ਚੱਲ ਕੋਈ ਨੀ, ਹੁਣ ਕੇਸ ਦਾ ਦੱਸ ਐਕਸੀਡੈਂਟ ਨਾਲ ਕੀ ਸੰਬੰਧ ਹੈ, ਬਾਕੀ ਕੋਈ ਨੀ, ਆ ਇੱਥੇ ਹੀ ਆ ਦੋ ਤਿੰਨ ਟਾਂਕੇ, ਬਾਹਲੀ ਸੱਟ ਨੀ ਹੈਗੀ, ਆ ਤਾਂ ਮਾੜਾ ਮੋਟਾ ਛਿੱਲਿਆ ਜਾ ਗਿਆ, ਜਾਂ ਉਹ ਗੋਡੇ ਤੇ ਆ ਮਾੜੀ ਮੋਟੀ ਸੱਟ। ਅੱਛਾ ਟਾਂਕਿਆਂ ਤੁਸੀਂ ਮਾੜੀ ਮੋਟੀ ਗੱਲ ਕਹਿੰਦੇ ਹੋ, ਹੈ ਤੁਸੀਂ ਤਾਂ ਗੱਲ ਕਦੇ ਮੰਨੀ ਨੀ, ਕਰਨੀ ਤਾਂ ਆਪਦੀ ਮਰਜ਼ੀ ਆ। ਓ ਯਾਰ ਕਿਉਂ ਹੁਣ ਤੂੰ ਕਿਉਂ ਸਿਰ ਤੇ ਚੀਕੀ ਜਾਂਦੀ ਆ, ਜਾਂ ਕਰ ਉਹ ਦੁੱਧ ਚ ਹਲਦੀ ਪਾ ਕੇ ਲਿਆ ਦੇ, ਮਾੜਾ ਮੋਟਾ ਆਰਾਮ ਮਿਲ ਜੂ। ਚੱਲ ਚੰਗਾ ਜੀ, ਮੇਰਾ ਤੜਕੇ ਦੀ ਮਾੜੀ ਅੱਖ ਪਰਖੀ ਜਾਂਦੀ ਆ, ਉਹੀ ਗੱਲ ਹੋ ਗਈ। ਓਏ ਕੋਈ ਨੀ, ਹੈ ਕਹਿੰਦੇ ਹੁੰਦੇ ਆ ਨਾ ਜੇ ਬੁਰੇ ਲੋਕ ਆ ਤਾਂ ਚੰਗੇ ਲੋਕ ਵੀ ਤਾਂ ਹੈਗੇ ਆ, ਰੱਬ ਭਲਾ ਕਰੇ ਇਹਦਾ ਵਿਚਾਰੇ ਦਾ ਜਿਹਨੇ ਮੌਕੇ ਤੇ ਚੱਕ ਲਿਆ, ਨਹੀਂ ਲੋਕ ਤਾਂ ਉੱਥੇ ਵੀਡੀਓ ਬਣਾਉਣ ਲੱਗ ਜਾਂਦੇ ਅੱਜ ਕੱਲ, ਚੱਕਦਾ ਨਹੀਂ ਕੋਈ। ਚੱਲ ਸ਼ੁਕਰ ਆ ਉਹ ਕੰਮ ਤੇ ਨਿਬੜ ਗਿਆ। ਕੋਈ ਕੰਮ ਵੀ ਨਹੀਂ ਕੀਤਾ ਵੀ, ਇੰਨਾ ਤਾਂ ਸੋਚ ਲਓ ਵੀ ਮੈਂ ਬਾਹਰੋਂ ਕੰਮ ਨਿਬੇੜਿਆ ਈ, ਤੁਸੀਂ ਘਰ ਦੇ ਅੰਦਰਲਾ ਕੰਮ ਤਾਂ ਕਰ ਲਓ, ਹੁਣ ਮੇਰੀ ਜਾਨ ਤਾਂ ਨਹੀਂ ਲੈਣੀ ਜਮੀ, ਵੀ ਸਾਰਾ ਦਿਨ ਵਿਹਲੀਆਂ ਹੀ ਪੰਗਾ ਰਹਿੰਦੇ। ਮੰਮੀ ਨੂੰ ਵੀ ਜਮੀ ਨਹੀਂ ਹੈਗਾ ਵੀ ਬੁਲਬੁਲ ਨੂੰ ਕਿਸੇ ਕੰਮ 'ਚ ਲਾਵਾਂ, ਉੱਧਰੋਂ ਭਾਂਡਿਆਂ ਦਾ ਢੇਰ ਪਿਆ, ਕੋਈ ਰੋਟੀ ਨਹੀਂ ਬਣਾਈ। ਮੰਮੀ ਨਾਲ ਗੱਲ ਕਰਦੀ ਹਾਂ, ਐਂ ਤਾਂ ਨਹੀਂ ਚੱਲਣਾ ਕੰਮ। ਮੰਮੀ ਨੀ, ਹਾਂ ਮੇਰੀ ਗੱਲ ਸੁਣੋ, ਮੈਂ ਵੀ ਇਨਸਾਨ ਆ, ਕੋਈ ਪੱਥਰ ਨਹੀਂ ਹੈਗੀ ਵੀ ਸਾਰਾ ਕੰਮ ਮੇਰੇ ਤੇ ਸਿੱਟ ਦੋ, ਹੁਣ ਮੈਂ ਬਾਹਰੋਂ ਕੰਮ ਨਿਬੇੜ ਕੇ ਆਈ ਆ, ਤੁਸੀਂ ਅੰਦਰ ਰਸੋਈ ਦਾ ਕੰਮ ਵੀ ਨਹੀਂ ਕਰ ਸਕਦੇ ਸੀ, ਉਹਨੂੰ ਕਹਿ ਦੋ ਬੁਲਬੁਲ ਨੂੰ। ਨਾ ਹੁਣ ਕੰਮ ਮੈਂ ਕਰਾਂ, ਤੁਸੀਂ ਦੋ ਜਾਣੀਆਂ ਘਰੇ ਫਿਰਦੀ ਹੋ, ਉਹਨੂੰ ਅੱਜ ਭਾਈ ਚੱਕਰ ਆਈ ਜਾਂਦੇ, ਉਹਦਾ ਚਿੱਤ ਨਹੀਂ ਲੋਟ, ਉਹਨੇ ਤਾਂ ਨਹੀਂ ਕਰਿਆ ਹੈਗਾ। ਮੰਮੀ ਉਹ ਠੀਕ ਹੀ ਕਿੱਦੇ ਹੁੰਦੀ ਆ, ਉਹ ਤਾਂ ਬਹਾਨਾ ਲਾ ਕੇ ਪੈ ਜਾਂਦੀ ਆ, ਪਰ ਤੁਸੀਂ ਤਾਂ ਉਹਨੂੰ ਕਹਿ ਸਕਦੇ ਹੋ ਨਾ, ਚੱਲ ਬਾਹਰਲਾ ਕੰਮ ਤਾਂ ਮੈਂ ਕਰ ਲਿਆ ਕਰੂੰਗੀ, ਰਸੋਈ ਦਾ ਕੰਮ ਉਹੀ ਕਰ ਹੀ ਸਕਦੀ ਆ। ਨੀ ਬਹਾਨੇ ਕਾਹਦੇ ਐ, ਨਹੀਂ ਉਹਦਾ ਚਿੱਤ ਠੀਕ ਹੈਗਾ, ਦੁੱਖ ਦੇ ਸੁੱਖ ਦੇ ਤਾਂ ਮਾੜਾ ਮੋਟਾ ਦੇਖ ਲਿਆ ਕਰੂੰਗੀ, ਨਾ ਜ਼ਬਾਨ ਚਲਾਇਆ ਕਰ। ਅੱਛਾ ਠੀਕ ਹੈ, ਉਧਰ ਬਾਹਰ ਦਾ ਕੰਮ ਮੈਂ ਕਰਾਂ, ਅੰਦਰ ਦਾ ਕੰਮ ਮੈਂ ਵੀ ਕਰਾਂ, ਤੇ ਕੁੜੀਆਂ ਨੂੰ ਵੀ ਮੈਂ ਸਾਂਭਾਂ, ਜਵਾਕਾਂ ਨੂੰ ਵੀ ਸਾਰਿਆਂ ਨੂੰ ਹੈ। ਤੇ ਫਿਰ ਹੁਣ ਕੁੜੀਆਂ ਕੋਈ ਗਵਾਂਢੀ ਸਾਂਭੂ ਆ ਕੇ, ਉਦੋਂ ਨਾ ਜੰਮ ਕੇ ਲੈਣ ਲਾਉਂਦੀ ਕੁੜੀਆਂ ਦੀ, ਕਿਹਾ ਸੀ ਤੈਨੂੰ ਕਿਸੇ ਨੇ ਸਾਂਭਲਾ ਹੁਣ। ਐਂ ਵੀ ਤਾਂ ਦੇਖੋ ਮੈਂ ਕੁੜੀਆਂ ਪੜਾਉਣੀਆਂ ਵੀ ਹੁੰਦੀਆਂ ਨੇ, ਉਹਨਾਂ ਨੂੰ ਸਕੂਲ ਵੀ ਭੇਜਣਾ ਹੁੰਦਾ, ਫਿਰ ਘਰ ਦਾ ਕੰਮ ਵੀ ਹੋ ਜਾਂਦਾ, ਤੁਸੀਂ ਥੋੜਾ ਜਿਹਾ ਤਰਸ ਖਾਓ ਮੇਰੇ ਤੇ। ਸਭਦੀਆਂ ਮਾਵਾਂ ਹੀ ਕਰਦੀਆਂ, ਤੂੰ ਕੋਈ ਅਨੋਖਾ ਨਹੀਂ ਜਵਾਕਾਂ ਨੂੰ ਸਾਂਭਦੀ, ਚੰਗਾ। ਬਸ ਮਾਂ ਤੁਹਾਡੇ ਕੋਲ ਤਾਂ ਆਹੀ ਗੱਲਾਂ ਨੇ, ਤੁਸੀਂ ਤਾਂ ਮੇਰੇ ਕਸੂਰ ਕੱਢਣਾ, ਕਦੇ ਉਹਦਾ ਕਸੂਰ ਨਾ ਕੱਢਿਓ। ਹਾਏ ਬੇਰਬਾ, ਡੈਡੀ ਇਹਦਾ ਲੰਘ ਪਿਓ, ਕੀ ਕਰਨ ਆ ਗਿਆ ਹੁਣ। ਸਤਿ ਸ਼੍ਰੀ ਅਕਾਲ ਡੈਡੀ। ਸਤਿ ਸ਼੍ਰੀ ਅਕਾਲ, ਕਿਵੇਂ ਹੋ? ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ ਭਾਜੀ? ਹਾਂ ਠੀਕ ਹਾਂ, ਬਸ ਵਧੀਆ। ਅੱਜ ਡੈਡੀ ਜੀ ਅੰਦਰ ਅੰਦਰ ਬੈਠ ਜਾਂਦੇ ਆ। ਕੁੜੇ ਅੰਦਰ ਤਾਂ ਪੋਚੇ ਲੱਗੇ ਹੋਏ ਨੇ, ਗਿੱਲਾ ਥਾਂ ਹਜੇ, ਕੋਈ ਨੀ ਇੱਥੇ ਬਹਿ ਜਾਓ, ਬਹਿ ਜਾਓ ਤੁਸੀਂ, ਇੱਥੇ ਬਹਿ ਜਾਓ। ਕੋਈ ਨੀ ਬਹਿ ਜਾਂਦੇ ਤੁਸੀਂ ਵੀ। ਕੋਈ ਨੀ ਕੋਈ ਨੀ, ਤੁਸੀਂ ਕਰੋ ਗੱਲਾਂ। ਡੈਡੀ ਤੂੰ ਹੀ ਮੱਚ ਜਾਂਦੀ ਤੁਹਾਨੂੰ ਦੇਖ ਕੇ, ਤੈਨੂੰ ਪਤਾ ਤਾਂ ਹੈਗਾ ਕਿੱਥੇ ਰਾਜੀ ਹੈਗੀ ਤੁਹਾਡੇ ਕੋਲ ਬੈਠ ਕੇ। ਇਹ ਉਹੀ ਤਾਂ ਗੱਲ ਆ, ਤਾਂ ਮੈਂ ਸੋਚਦਾ ਸੀਗਾ ਮਹਾ ਮਾੜਾ ਮੋਟਾ ਸੁਭਾਅ ਚ ਇਹਨਾਂ ਚ ਕੋਈ ਬਦਲਾਅ ਆਇਆ ਹੋਊਗਾ, ਪਰ ਨਾ ਇਹਨਾਂ ਚ ਤਾਂ ਕੋਈ ਬਦਲਾਅ ਨਹੀਂ ਆਇਆ। ਬਾਪੂ ਕਿਹੜਾ ਬਦਲਾਅ ਆਉਣਾ, ਇਹਨਾਂ ਤਾਂ ਸਗੋਂ ਸਾਰਾ ਕੰਮ ਹੀ ਮੇਰੇ ਤੇ ਸਿੱਟਦਾ, ਹੁਣ ਤਾਂ ਗਿਣ ਗਿਣ ਕੇ ਬਦਲੇ ਲੈਂਦੇ ਆ, ਪਤਾ ਨਹੀਂ ਕਿਉਂ ਕਿਉਂ ਨਹੀਂ ਤਰਸ ਖਾਂਦੇ। ਤਰਸ ਇਹਨਾਂ ਨੇ ਕੀ ਖਾਣਾ, ਜਦੋਂ ਆਪਾਂ ਫੋਨ ਕਰਾਤਾ ਸੀ ਹਰਮਨ ਤੋਂ, ਉਸ ਗੱਲ ਤੋਂ ਖਿਜੇ ਬੈਠੇ ਆ, ਤਾਂ ਹੀ ਤਾਂ ਹੁਣ ਤੈਨੂੰ ਤੰਗ ਕਰਦੇ ਆ। ਇਹੀ ਗੱਲ ਦਾ ਮਾਰਾ ਤਾਂ ਮੈਂ ਅੱਜ ਆਇਆ, ਮੈਂ ਹਜੇ ਦੇਖ ਕੇ ਤਾਂ ਮੈਂ ਵੀ ਕੀ ਗੱਲ ਹੋਈ ਹੈ ਕੀ ਨਾ। ਬਸ ਹੋਣਾ ਕੀ ਹੈ, ਜਿਹੜਾ ਕੁਛ ਪਹਿਲਾਂ ਸੀਗਾ ਉਹੀ ਕੁਛ ਹੋਣਾ, ਬਸ ਇੰਨਾ ਵੀ ਹੁਣ ਜ਼ਿਆਦਾ ਕਰਨ ਲੱਗ ਗਏ। ਪਰ ਬਾਪੂ ਮੈਨੂੰ ਤਾਂ ਐਂ ਆ ਵੀ ਆਹ ਕੁਛ ਕੁ ਟਾਈਮ ਨੂੰ ਮੇਰੀਆਂ ਕੁੜੀਆਂ ਜਵਾਨ ਹੋ ਜਾਣਗੀਆਂ, ਵਿਆਹ ਕੇ ਆਪਦੇ ਘਰੇ ਵਗ ਜਾਣਗੀਆਂ, ਮੁੰਡਾ ਹੋ ਜਾਊਗਾ ਜਵਾਨ, ਮੈਂ ਵਿਆਹ ਲੂੰਗੀ, ਬਸ ਕਿੰਨੀ ਕੁ ਰਹਿ ਗਈ ਔਖੇ ਸੌਖੇ ਕੱਟ ਲੂੰਗੀ ਜ਼ਿੰਦਗੀ। ਚਲੋ ਕੰਮ ਦਾ ਵੀ ਘਰ ਦਾ ਕਰਨਾ ਹੀ ਹੁੰਦਾ ਕੁੜੀਏ, ਇਹ ਤਾਂ ਕੋਈ ਬਾਹਰ ਲਾ ਕੇ ਨਹੀਂ ਕਰਕੇ ਜਾਂਦਾ ਹੁੰਦਾ, ਹੈ ਨਾ। ਆਇਆ ਤੂੰ ਨਾ ਕਰੇਗੀ ਤਾਂ ਇਹਨਾਂ ਨੇ ਤਾਂ ਕਰਨਾ ਨਹੀਂ,
ਤੈਨੂੰ ਹੀ ਕਰਨਾ ਪੈਣਾ ਫਿਰ। ਹਾਂ ਮਾਪੂ ਉਹ ਤਾਂ ਕੋਈ ਨੀ, ਕੰਮ ਅੱਗੇ ਕਿਹੜਾ ਮੈਂ ਘਰੇ ਕਰਦੀ ਨੀ ਸੀ, ਬਥੇਰਾ ਕੰਮ ਕੀਤਾ, ਖੇਤਾਂ ਦਾ ਵੀ ਕੰਮ ਕੀਤਾ। ਉਹੀ ਤਾਂ ਗੱਲ ਹੈ, ਹੈ ਦੇਖੇ ਕਰ ਲੂੰ, ਪਰ ਗੱਲ ਤਾਂ ਇਹ ਹੈ ਨਾ ਵੀ ਬੰਦਾ ਸਮਝੇ ਤਾਂ ਸਹੀ, ਇੱਕ ਤਾਂ ਕੰਮ ਹੁੰਦਾ ਪਿਆਰ ਨਾ ਕਰਾਉਣਾ, ਇੱਕ ਰੋਹ ਮਾਰ ਮਾਰ ਕੇ ਕਰਾਉਣਾ। ਉਹ ਇਹਨਾਂ ਦੀ ਆਦਤ ਹੀ ਬਣ ਗਈ ਉਹੀ ਆ। ਉਹਦੇ ਸਰਪੰਚ ਨੇ ਮੈਨੂੰ ਥੋੜ੍ਹਾ ਕੁਛ ਕਿਹਾ ਸੀ, ਕਹਿੰਦਾ ਵੀ ਤੂੰ ਹੀ ਕਿੱਕਰ ਸੇ ਕਿਉਂ ਮੰਨਿਆ, ਕਿਉਂ ਗੱਲਬਾਤ ਕੀਤੀ, ਕਿਉਂ ਦੂਜੇ ਵਿਆਹ ਦੇ ਲਈ ਹਾਂ ਕੀਤੀ। ਮੈਂ ਮੈਨੂੰ ਕੀ ਪਤਾ ਸੀਗਾ ਵੀ ਆਹ ਵਿੱਚ ਮੂਡ ਅੜ ਜੂਗਾ। ਆਪਾਂ ਨੂੰ ਕੀ ਪਤਾ ਸੀ ਬਾਪੂ ਜੀ ਵੀ ਇਹੋ ਜੀ ਆਊਗੀ, ਹੈਂ ਆਪਾਂ ਸੋਚਿਆ ਸੀਗਾ ਚੱਲ ਜੇ ਚੱਜ ਦੀ ਹੁੰਦੀ ਤਾਂ ਕੱਟ ਹੀ ਲੈਂਦੀ। ਆਪਾਂ ਤਾਂ ਹੀ ਸੋਚਿਆ ਸੀ ਨਾ ਵੀ ਚੱਲ ਜੇ ਘਰੇ ਪੈਰ ਲੱਗ ਜਾਣਗੇ, ਤੇਰੇ ਵੀ ਪੈਰ ਲੱਗ ਜਾਣ, ਇਹਨਾਂ ਦੇ ਵੀ ਲੱਗ ਜਾਣ, ਹੋਏ ਤਾਂ ਉਹਦੀ ਵੀ ਕੁੜੀ ਆ, ਉਹਦੇ ਕਿਹੜਾ ਮੁੰਡਾ ਹੋ ਗਿਆ। ਗੱਲ ਤਾਂ ਉਹੀ ਆ, ਅੱਛਾ ਕਹਿੰਦੇ ਸੀ ਮੁੰਡੇ ਵਾਸਤੇ ਵਿਆਹ ਕੇ ਲੈ ਕੇ ਆਂਦੀ ਆ, ਮੁੰਡਾ ਤਾਂ ਫਿਰ ਵੀ ਮੈਂ ਹੀ ਇਸ ਘਰ ਨੂੰ ਵਾਰਿਸ ਦਿੱਤਾ, ਮੇਰੀ ਕਦਰ ਤਾਂ ਫਿਰ ਵੀ ਨਹੀਂ ਪਈ। ਫਿਰ ਵੀ ਨਹੀਂ ਪਈ, ਹੁਣ ਸਮਝ ਨਹੀਂ ਲੱਗਦੀ ਉਹਦੇ ਮਗਰ ਇਹੋ ਜਿਹਾ ਕਿਉਂ ਲੱਗਿਆ ਪਿਆ, ਕੀ ਇਹਨਾਂ ਦੀ ਗੱਲ ਬੋਲ ਕੇ ਸਿਰ ਚ ਪਾਇਆ ਉਹਨੇ, ਪਤਾ ਹੀ ਨਹੀਂ ਜਿੱਦੇ ਦੀ ਆਈ ਹੈ ਨਾ ਘਰ ਫੇਰੂ ਫੇਰੂ ਕਰਤਾ, ਇਹੋ ਜਿਹਾ ਕੁਛ ਸਾਡੇ ਘਰੇ ਜਮੇ ਹੀ ਨਹੀਂ ਹੈਗਾ ਸੀ ਜਿਹੋ ਜਿਹਾ ਕੁਛ ਹੁਣ ਹੋਣ ਲੱਗ ਗਿਆ। ਚੱਲ ਕੋਈ ਨਹੀਂ, ਤੂੰ ਬੜਾ ਸੋਚਿਆ ਨਾ ਕਰ, ਜਿਵੇਂ ਤੈਨੂੰ ਕਹਿੰਦੇ ਉਵੇਂ ਕਰੀ ਚੱਲਿਆ ਕਰ, ਠੀਕ ਹੈ? ਮੈਂ ਤਾਂ ਕਰੀ ਜਾਂਦੀ ਬਾਪੂ ਚੁੱਪ ਕਰਕੇ ਬਸ। ਚੱਲਾਂ ਕਰ, ਤੂੰ ਮੈਨੂੰ ਕੋਈ ਚਾਹ ਪਾਣੀ ਲਿਆ ਦੇ ਪੁੱਤ। ਹਾਂ ਲਿਆ ਨਾ, ਫਿਰ ਚਾਹ ਧਰ ਲਈ। ਤੇ ਉਹ ਕਿੱਧਰ ਬੈ ਗਈ ਤੇਰੀ ਮੰਮੀ? ਅੰਦਰ ਬੈਠ ਗਏ ਹੋਣੇ ਜਾ ਕੇ। ਅੱਛਾ, ਮੜੇ ਭੇਜ ਦੇ ਉਹਨਾਂ ਨੇ, ਮੈਨੂੰ ਗੱਲ ਜੀ ਕਰਨੀ, ਕੋਈ ਜ਼ਰੂਰੀ ਗੱਲ ਕਰਨੀ। ਕਿਵੇਂ ਬਾਪੂ? ਕੋਈ ਜ਼ਰੂਰੀ ਗੱਲ ਕਰਨੀ ਸੀ ਉਹਨਾਂ ਦੇ ਨਾਲ। ਮੈਂ ਚੱਲ ਮੈਂ ਭੇਜ ਦਿੰਦੀ ਜੇ ਆ ਜਾਣਗੇ ਤਾਂ। ਹਾਂ ਕੋਈ ਗੱਲ, ਤੂੰ ਚਾਹ ਚ ਧਰ ਲੈ, ਚੱਲ ਬਣਾ ਲੈ ਚੰਗਾ। ਠੀਕ ਹੈ, ਬੁਲਾ ਦੇ ਭੈਣ ਜੀ। ਮੰਮੀ ਨੀ? ਹਾਂ ਡੈਡੀ ਬਾਹਰ ਬੁਲਾਈ ਜਾਂਦੇ ਸੀ ਤੁਹਾਨੂੰ, ਕੋਈ ਗੱਲ ਕਰਨੀ ਸੀ ਮੇਰੇ ਜੀ। ਹੂੰ ਮਰ ਜਾ, ਹਜੇ ਤੱਕ ਤੇਰਾ ਪਿਓ ਗਿਆ ਨਹੀਂ, ਕੁੜੇ ਇੱਥੇ ਬੈਠਾ ਹੈਗਾ। ਮੰਮੀ ਹੁਣੇ ਤਾਂ ਆਏ ਨੇ, ਹਜੇ ਤਾਂ ਚਾਹ ਪਾਣੀ ਵੀ ਨਹੀਂ ਪੀਤਾ ਉਹਨਾਂ ਨੇ ਕੋਈ। ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਗੱਲਾਂ ਕੀ ਕਰਨੀਆਂ ਨੇ ਮੇਰੇ ਨਾਲ, ਦੱਸ ਕੀ ਪਤਾ ਤੂੰ ਕੰਮ ਹੋਵੇ। ਮੰਮੀ ਕੰਮ ਨੂੰ ਮੈਂ ਇੱਥੇ ਡੀਸੀ ਲੱਗੀ ਆ ਵੀ ਕੋਈ ਫਾਈਲ ਲੈ ਕੇ ਆਇਆ ਮੇਰੇ ਕੋਲੇ ਉਹ ਸਾਈਨ ਕਰਾਉਣ ਨੂੰ। ਮੈਨੂੰ ਪਤਾ ਤੁਸੀਂ। ਹਾਂ ਹਾਂ ਦੱਸ ਕੀ ਗੱਲ ਕਰਨੀ ਤੇ ਮੇਰੇ ਨਾਲ। ਭੈਣ ਜੀ ਮੈਂ ਤਾਂ ਤੁਹਾਡੇ ਨਾਲ ਵੈਸੇ ਸਵੈ ਕੀ ਗੱਲ ਕਰਨੀ ਸੀ। ਫਿਰ ਕਰਨਾ ਜਿਹੜੀ ਗੱਲ ਕਰਨੀ ਹੈ, ਕਹਾਣੀਆਂ ਜੀ ਨੇ ਆਪਾਂ, ਇੰਨਾ ਟਾਈਮ ਹੈ ਨਹੀਂ ਮੇਰੇ ਕੋਲੇ। ਬੈਠ ਜਾ ਤੁਸੀਂ, ਤੂੰ ਆਈ ਦੱਸ ਦੇ। ਇੱਕ ਮਿੰਟ ਕੱਟੀ ਮੜਾ ਜਾ, ਲੈ ਹਕੇ ਇੱਥੇ ਬਹਿ ਜਾ ਮੇਰੇ ਕੋਲ ਬਰਾਬਰ। ਮਾੜੀ ਮੋਟੀ ਤਾਂ ਸ਼ਰਮ ਮੰਨ ਲਾ ਵੀ ਜੇ ਤੁਹਾਡੀ ਨੀ ਕੋਈ ਇੱਜ਼ਤ ਹੈਗੀ ਨਾ ਤਾਂ ਸਾਡੀ ਤਾਂ ਸਾਰੇ ਪਿੰਡ 'ਚ ਇੱਜ਼ਤ ਹੈ। ਹੁਣ ਇੱਥੇ ਕੋਈ ਲੰਘਦਾ ਵੜਦਾ ਹੋਵੇ ਅਗਲਾ ਕੀ ਕਹੂ, ਨਾਲੇ ਕੁੜਮ ਦੇ ਬਰਾਬਰ ਬਹਿੰਦੀ ਮੈਂ ਚੰਗੀ ਲੱਗਦੀ ਆ, ਨਾਲੇ ਤੇਰੀ ਤਾਂ ਔਕਾਤ ਹੀ ਨਹੀਂ ਮੇਰੇ ਬਰਾਬਰ ਬੈਠਣ ਦੀ। ਉਹ ਭੈਣ ਜੀ ਮੇਰਾ ਉਹ ਤਰੀਕਾ ਨਹੀਂ ਸੀ ਤੁਹਾਨੂੰ ਕਹਿਣ ਦਾ, ਤੁਸੀਂ ਹੋਰ ਪਾਸੇ ਸਮਝ ਗਏ। ਮੈਨੂੰ ਨਾ ਤੂੰ ਬਾਲੇ ਤਰੀਕੇ ਨਾਲ ਸਮਝਾ, ਜਿਹੜੀ ਗੱਲ ਕਰਨੀ ਤੂੰ ਸਿੱਧਾ ਹੋ ਕੇ ਦੱਸ ਦੇ। ਮੈਂ ਤਾਂ ਗੱਲਾਂ ਹੀ ਪੁੱਛਦਾ ਸੀ ਵੀ ਠੀਕ ਠਾਕ ਰਹਿੰਦੇ ਨੇ ਜਵਾਕ ਆਪਸ ਦੇ ਵਿੱਚ, ਵਧੀਆ ਬਣਦੀ ਹੈ ਮਨਿੰਦਰ ਤੇ ਲਾਡੀ ਦੀ। ਤੇਰੀ ਧੀ ਕੱਟ ਲੂ ਕਿਸੇ ਨਾਲ, ਹੁਣ ਤਾਂ ਤੁਸੀਂ ਸੰਸਕਾਰ ਹੀ ਇਹੋ ਜਿਹੇ ਦਿੱਤੇ ਹੈ। ਇੱਕ ਇਹੋ ਜਿਹਾ ਤੂੰ ਹੈ, ਤੀਜੇ ਦਿਨ ਤੁਰ ਪੈਂਦਾ ਮੂੰਹ ਚੱਕ ਕੇ, ਹੋ ਪੈ ਗੇਟ ਤੁਰਦਾ ਬਣ। ਠੀਕ ਹੈ, ਤੁਰਦਾ ਤਾਂ ਬਣਦਾ ਮੈਂ, ਫਿਰ ਇੰਨਾ ਹੁਣ ਸੋਚਦਾ ਕੀ ਹੈ, ਨਿਕਲ ਜਾ। ਨਿਕਲ ਵੀ ਜਾਂਦਾ ਭੈਣ ਜੀ, ਪਰ ਮੈਂ ਤੁਹਾਨੂੰ ਇੱਕ ਚੀਜ਼ ਦੇਣੀ ਸੀ, ਮੈਂ ਕਿਹਾ ਜਾਣ ਤੋਂ ਪਹਿਲਾਂ ਉਹ ਤਾਂ ਤੁਹਾਨੂੰ ਦੇ ਦੇਵਾਂ। ਇਹ ਕਾਗਜ਼ ਕਿੱਥੋਂ ਆਏ ਤੇਰੇ ਕੋਲੇ?
ਇਹ ਕਾਗਜ਼ ਮੇਰੇ ਕੋਲ ਕਿੱਥੋਂ ਆਏ? ਇਹ ਗੱਲ ਜਿਹੜੀ ਹੈਗੀ ਹੈ ਇਹ ਜਚਦੀ ਨਹੀਂ ਤੁਹਾਡੇ ਮੂੰਹ ਤੋਂ। ਗੱਲ ਇਹ ਜਚਦੀ ਹੈ ਵੀ ਇਹ ਕਾਗਜ਼ ਮੇਰੇ ਕੋਲ ਕਿਉਂ ਆਏ, ਠੀਕ ਹੈ ਨਾ? ਅਤੇ ਹੁਣ ਤੁਸੀਂ ਇਹ ਦੇਖ ਲਓ ਵੀ ਜੇ ਇਹ ਕਾਗਜ਼ ਤੁਹਾਡੇ ਘਰ ਦੇ ਕਿਸੇ ਵੀ ਮੈਂਬਰ ਦੇ ਕੋਲ ਚਲਾ ਗਿਆ ਤਾਂ ਤੁਹਾਡੀ ਹਾਲਤ ਕੀ ਹੋਊਗੀ? ਜੇ ਮੇਰੀ ਧੀ ਨੂੰ ਇੰਨੀ ਕੁ ਇੰਚ ਭਰ ਵੀ ਤਕਲੀਫ ਆ ਗਈ ਤਾਂ ਤੁਸੀਂ ਇਹ ਦੇਖ ਲਓ ਇਹ ਕਾਗਜ਼ ਕੀ ਕੁਛ ਕਰ ਸਕਦਾ। ਬਹੁਤ ਵੱਡਾ ਸਬੂਤ ਹੱਥ ਲੱਗਿਆ ਤੇਰੇ। ਤੈਨੂੰ ਕੀ ਲੱਗਦਾ ਮੈਂ ਤੇਰੀਆਂ ਜਦੋਂ ਧਮਕੀ ਉਦੋਂ ਡਰ ਜੂਗੀ? ਆ ਲੈ ਹੁਣ ਕਰ, ਕਾਗਜ਼ਾਂ ਦਾ ਕੀ ਕਰੇਗਾ ਤੂੰ? ਤੂੰ ਨੀ ਮੈਨੂੰ ਜਾਣਦਾ। ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਮਾਤਾ ਜੀ। ਜੇ ਤੁਸੀਂ ਅੱਜ ਇੱਕ ਕਾਗਜ਼ ਪਾੜਿਆ ਨਾ, ਤੁਹਾਨੂੰ ਕੀ ਲੱਗਦਾ ਮੇਰੇ ਕੋਲ ਇਕੱਲਾ ਸੀ? ਜੇ ਤੁਸੀਂ ਚਲਾਕ ਹੋ ਨਾ ਤਾਂ ਦੁਨੀਆ ਤੇ ਹੋਰ ਵੀ ਬਹੁਤ ਚਲਾਕ ਨੇ। ਇਹੋ ਜਿਹੇ ਕਾਗਜ਼ ਤਾਂ ਮੇਰੇ ਕੋਲ ਹਜ਼ਾਰ ਪਏ ਨੇ। ਜੇ ਇੱਕ ਇੱਕ ਕਾਗਜ਼ ਤੇਰੇ ਪਿੰਡ ਦੇ ਇੱਕ ਇੱਕ ਗੇਟ ਤੇ ਵੀ ਲਗਾ ਦਿਆਂ ਨਾ ਮੈਂ, ਤਾਂ ਇਹ ਦੇਖ ਲਈ ਵੱਡੀ ਸਰਦਾਰਨੀ ਦੀ ਪੱਤ ਪਿੰਡ ਦੀਆਂ ਗਲੀਆਂ ਦੇ ਵਿੱਚ ਕਿਵੇਂ ਰੁਲਦੀ ਫਿਰੂਗੀ। ਹੁਣ ਜੇ ਤੂੰ ਚੰਗਾ ਚਾਹੁੰਦੀ ਹੈ ਤਾਂ ਜਿਵੇਂ ਤੈਨੂੰ ਮੈਂ ਕਹਿ ਰਿਹਾ ਨਾ ਉਵੇਂ ਕਰ। ਜੇ ਤੂੰ ਨਾ ਕੀਤਾ ਤਾਂ ਫਿਰ ਇਹ ਦੇਖ ਲਈ, ਇਹ ਭੁੱਲ ਜੀ ਕਿ ਮੈਂ ਕੀ ਕਰੂੰਗਾ ਤੇ ਤੇਰਾ ਕੀ ਬਣੂਗਾ। ਲੈ ਤੁਸੀਂ ਤਾਂ ਐਵੇਂ ਗੁੱਸਾ ਕਰ ਗਏ, ਮੈਂ ਤਾਂ ਤੁਹਾਡੇ ਨਾਲ ਹੀ ਹਾਂ। ਪਰ ਇਸ ਗੱਲ ਦਾ ਧਿਆਨ ਰੱਖਿਓ ਵੀ ਇਹ ਕਾਗਜ਼ ਕਿਸੇ ਦੇ ਹੱਥ ਨਹੀਂ ਲੱਗਣੇ ਚਾਹੀਦੇ। ਜਿਵੇਂ ਤੁਸੀਂ ਕਹੋਗੇ ਨਾ ਮੈਂ ਉਵੇਂ ਤੁਹਾਡੀ ਧੀ ਨੂੰ ਰੱਖੂੰਗੀ। ਜੇ ਕਹੋ ਤਾਂ ਮੈਂ ਤੁਹਾਡੇ ਪੈਰੀ ਹੱਥ ਵੀ ਲਾ ਦਿੰਦੀ ਹਾਂ। ਇਹਦੇ ਵਿੱਚ ਪੈਰ ਭਲਾਂ ਦੀ ਕਹਿਣ ਵਾਲੀ ਕਿਹੜੀ ਗੱਲ ਹੈ? ਲਾ ਸਕਦੀ ਹਾਂ, ਲਾ ਸਕਦੀ ਹਾਂ ਪੈਰੀ ਹੱਥ, ਮੈਂ ਕਹਿੰਦਾ ਲਾ। ਇੱਕ ਗੱਲ ਆਖਾਂ, ਮੈਂ ਬਹੁਤ ਟਾਈਮ ਚੁੱਪ ਰਿਹਾ ਤੇ ਬਹੁਤ ਤੇਰੀਆਂ ਸੁਣੀਆਂ, ਪਰ ਅੱਜ ਤੋਂ ਬਾਅਦ ਮੈਂ ਤੇਰੀ ਇੱਕ ਨਹੀਂ ਸੁਣਨੀ। ਲੱਗੀ ਸਮਝ? ਇਹ ਨਾ ਸੋਚੀ ਵੀ ਮੇਰੀ ਤੇਰੇ ਨਾਲ ਕੋਈ ਦੁਸ਼ਮਣੀ ਹੈ। ਦੁਸ਼ਮਣੀ ਤਾਂ ਤੂੰ ਮੇਰੇ ਨਾਲ ਕੱਢ ਰਿਹਾ, ਇਹ ਤਾਂ ਸਾਫ਼ ਸਾਫ਼ ਦਿਖ ਰਿਹਾ। ਹਜੇ ਦੁਸ਼ਮਣੀ ਕੱਢੀ ਨਹੀਂ ਬੀਬਾ, ਦੁਸ਼ਮਣੀ ਤਾਂ ਹੁਣ ਸ਼ੁਰੂ ਹੋਈ ਹੈ। ਅਸਲੀ ਮੇਰਾ ਚਿਹਰਾ ਨਾ ਹੁਣ ਸਾਹਮਣੇ ਆਊਗਾ ਤੇ ਤੇਰਾ ਚਿਹਰਾ ਅਸਲੀ ਨਾ ਮੈਂ ਲੋਕਾਂ ਦੇ ਸਾਹਮਣੇ ਲਿਆ ਕੇ ਰਹੂੰਗਾ। ਮੈਂ ਚਾਹੁੰਦਾ ਸੀ ਨਾ 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 ਇਹ ਗੱਲ ਟਕੀ ਰਹੇ, ਪਰ ਨਹੀਂ, ਤੂੰ ਨਾ ਸਾਰਾ ਕੁਛ ਆਪ ਖਰਾਬ ਕੀਤਾ। ਬਹੁਤ ਟਾਈਮ ਹੋ ਗਿਆ ਮੈਨੂੰ ਭੱਜੇ ਫਿਰਦੇ ਨੂੰ, ਬਹੁਤ ਟਾਈਮ ਹੋ ਗਿਆ ਤੈਨੂੰ ਇਸ਼ਾਰੇ ਦਿੰਦੇ ਨੂੰ, ਪਰ ਤੂੰ ਨਾ ਸਮਝੇ। ਜੇ ਮੇਰੀ ਕੁੜੀ ਨੂੰ ਇੱਥੇ ਰੱਤੀ ਭਰ ਤਕਲੀਫ ਆ ਗਈ ਨਾ ਤਾਂ ਇਹ ਸਮਝ ਲਈ ਕਿ ਤੇਰਾ ਮੈਂ ਰਹਿਣ ਕੱਖ ਨਹੀਂ ਦੇਣਾ। ਲੱਗੀ ਸਮਝ? ਇਹ ਤਾਂ ਐਡੇ ਸਬੂਤ ਚੱਕੀ ਫਿਰਦਾ, ਇਸ ਕੰਜਰ ਨੇ ਤਾਂ ਮੈਨੂੰ ਕਿਸੇ ਜੋਗਾ ਨਹੀਂ ਛੱਡਣਾ। ਮੇਰੇ ਕੋਲ ਤਾਂ ਮਰਨ ਤੋਂ ਇਲਾਵਾ
ਕੋਈ ਹੋਰ ਚਾਰਾ ਵੀ ਨਹੀਂ ਰਹਿਣਾ। ਸਿੰਦਰ ਕੌਰੇ, ਤੂੰ ਆਪਣੀ ਬਾਜੀ ਪਲਟ ਜਾ।